ਭਾਰਤੀ ਜਨਤਾ ਪਾਰਟੀ 'ਚ 5 ਸਾਲ ਤਨ ਮਨ ਧਨ ਨਾਲ ਸੇਵਾ ਕੀਤੀ ਹੈ ਔਰ ਬਹੁਤ ਉਮੀਦਾਂ ਲੈ ਕੇ ਵਿਸ਼ਵਾਸ ਲੈ ਕੇ ਔਰ ਵਿਪਰੀਤ ਪ੍ਰਸਥਿਤੀਆਂ ਦੇ ਵਿੱਚ ਮੈਂ ਭਾਰਤੀ ਜਨਤਾ ਪਾਰਟੀ ਦਾ ਝੰਡਾ ਬੁਲੰਦ ਰੱਖਿਆ ਪਰ ਉਸ ਦੇ ਬਦਲੇ ਅੱਜ ਤੱਕ ਮੈਨੂੰ ਕਿਸੇ ਵੀ ਸੰਗਠਨ ਵਿੱਚ ਕਿਸੇ ਵੀ ਸਰਕਾਰੀ ਪਦ ਵਿੱਚ ਜਾਂ ਕਿਤੇ ਵੀ ਕੋਈ ਉਸ ਮਾਨ ਸਨਮਾਨ ਜਿਸ ਦੇ ਮੈਂ ਆਪਣੇ ਆਪ ਨੂੰ ਲਾਇਕ ਸਮਝਦਾ ਸੀ ਉਸਦੇ ਬਰਾਬਰ ਦਾ ਕੋਈ ਨਹੀਂ ਮਿਲਿਆ। ਇਸ ਕਰਕੇ ਮੈਂ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਔਰ ਕਾਂਗਰਸ ਜੁਆਇਨ ਕਰ ਰਿਹਾ। ਕਿਆ ਰੂਪ ਆਪਣੇ ਪਾਰਟੀ ਦੇ? ਦੇਖੋ ਜਿਹੜਾ ਪਿਛਲੇ 5 ਸਾਲ 2019 'ਚ ਜਿਹੜੇ ਸਾਡੇ ਮਾਨਯੋਗ ਉਦੋਂ ਮੁੱਖ ਮੰਤਰੀ ਸੀ ਮਨੋਹਰ ਲਾਲ ਜੀ, ਉਹਨਾਂ ਨੇ ਇਸ ਬੰਦੇ ਨੂੰ ਜਿਹਨੂੰ ਟਿਕਟ ਦਿੱਤੀ ਹੈ ਇਹ ਕਹਿ ਕੇ ਨਕਾਰਿਆ ਸੀ। ਬੜੇ ਗਹਿਰੇ ਅਤੇ ਡੂੰਘੇ ਦੋਸ਼ ਲਾਏ ਸੀ ਵੀ ਇਹ ਨਸ਼ਾ ਵੇਚਦਾ ਔਰ ਨਸ਼ਾ ਇਹਦੇ ਪਰਿਵਾਰ ਇਹਦਾ ਨਸ਼ਾ ਵੇਚਦਾ, ਗੋਲੀਆਂ ਚੱਲ ਗਈਆਂ ਇਹਦੇ ਪਿੰਡ 'ਚ, ਇਹ ਹੋ ਗਿਆ ਵੋ ਹੋ ਗਿਆ। ਮੈਨੂੰ ਨਹੀਂ ਪਤਾ ਸੀ ਵੀ ਕੀ ਕਰਦਾ ਇਹ ਕਿਉਂਕਿ ਮੇਰੇ ਨਾਲ ਕੋਈ ਸੰਬੰਧ ਨਹੀਂ ਸੀ, ਮੈਨੂੰ ਸਾਰਾ ਕੁਛ ਮਨੋਹਰ ਲਾਲ ਜੀ ਤੋਂ ਪਤਾ ਲੱਗਿਆ ਅਤੇ ਉਹਨਾਂ ਨੇ ਦੋਸ਼ ਲਾ ਕੇ ਇਸ ਨੂੰ ਪਾਰਟੀ 'ਚੋਂ ਕੱਢਤਾ ਅਤੇ ਮੈਨੂੰ ਟਿਕਟ ਦੇਤੀ। ਔਰ ਅੱਜ ਉਸੇ ਬੰਦੇ ਨੂੰ ਜਿਹਦੇ 'ਤੇ 5 ਸਾਲ ਪਹਿਲਾਂ ਦੋਸ਼ ਲਾਏ, ਬੜੇ ਗੰਭੀਰ ਦੋਸ਼ ਲਾਏ ਔਰ ਬਿਨਾਂ ਕਿਸੇ ਸੋਚੇ ਸਮਝੇ ਉਸਨੂੰ ਟਿਕਟ ਦਿੱਤੀ ਹੈ। ਇਸ ਦਾ ਮੈਨੂੰ ਦੁੱਖ ਵੀ ਹੈ, ਮੇਰੇ ਹਲਕੇ ਦੇ ਲੋਕਾਂ ਨੂੰ ਵੀ ਦੁੱਖ ਹੈ ਵੀ ਜੇ ਸਰਕਾਰ ਨੂੰ ਇਹ ਪਤਾ ਸੀ ਵੀ ਨਸ਼ਾ ਵੇਚਦਾ ਤਾਂ ਇਹਦਾ ਮਤਲਬ ਸਰਕਾਰ ਬਕਵਾਰੀ ਸੀ। ਅਗਲਾ ਸਟੈਪ ਕਿਆ ਰਹੇਗਾ ਆਪਣਾ? ਮੈਂ ਕਾਂਗਰਸ ਜੁਆਇਨ ਕਰੂੰਗਾ, ਅੱਜ ਕਰੂੰਗਾ ਭੁਪਿੰਦਰ ਹੁੱਡਾ ਜੀ ਕੋਲ, ਮੈਂ ਸ਼ੈਲਜਾ ਜੀ ਕੋਲ, ਦੋਨਾਂ ਕੋਲ ਜਾ ਕੇ ਜਿਹੜੀ ਹੈ ਕਿ ਮੈਂ ਕਾਂਗਰਸ ਜੁਆਇਨ ਕਰੂੰਗਾ ਔਰ ਅਗਲਾ ਜਿਹੜਾ ਹੈ ਮੇਰਾ ਲੋਕਾਂ ਦੀ ਸੇਵਾ ਕਰਨ ਦਾ ਸਿਸਟਮ ਇਸੇ ਤਰ੍ਹਾਂ ਮੈਂ ਹਲਕੇ 'ਚ ਕਰਦਾ ਰਹੂੰਗਾ। ਕਾਂਗਰਸ ਦਾ ਕਿਆ ਫਿਊਚਰ ਦੇਖਦੇ ਆ? ਦੇਖੋ ਫਿਊਚਰ ਤਾਂ ਲੋਕਾਂ ਨੇ ਕਰਨਾ ਜੀ, ਕਾਂਗਰਸ ਸੱਤਾ 'ਚ ਆਉਂਦੀ ਹੈ, ਲੋਕਾਂ ਨੇ ਲਿਆਉਣੀ ਹੈ ਤਾਂ ਮੈਂ, ਕੋਈ ਜ਼ਰੂਰੀ ਨਹੀਂ ਹੈ ਵੀ ਹਰ ਟਾਈਮ ਸੱਤਾ 'ਚ ਹੀ ਰਹਿਣਾ, ਪਰ ਮੈਂ ਇਹ ਸੋਚਦਾ ਵੀ ਜਿਹੜੀ ਟਿਕਟ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਨੇ ਇਹ ਗਲਤ ਦਿੱਤੀ ਹੈ, ਗਲਤ ਡਿਸੀਜਨ ਹੈ। ਔਰ ਮੈਂ ਸਵਾਲ ਵੀ ਕੀਤਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਵੀ ਤੁਸੀਂ ਇਸ ਨੂੰ ਤਾਂ ਨਸ਼ਾ ਤਸਕਰ ਕਹਿ ਕੇ ਨਕਾਰਿਆ ਸੀ, ਮੈਨੂੰ ਕੀ ਕਹਿ ਕੇ ਨਕਾਰ ਰਹੇ ਹੋ? ਮੇਰੇ 'ਚ ਕੀ ਤੁਸੀਂ ਨੁਕਸ ਕੱਢ ਕੇ ਜਾਂ ਮੇਰੇ 'ਚ ਕੀ ਕਮੀ ਕੱਢ ਕੇ ਤੁਸੀਂ ਮੈਨੂੰ ਨਕਾਰਿਆ? ਇਹਦਾ ਕੋਈ ਜਵਾਬ ਨਹੀਂ ਉਹਨਾਂ ਪਾਸ। ਔਰ ਇਹੋ ਜਿਹੇ ਲੋਕਾਂ ਨੂੰ ਜੇ ਤਰਜੀਹ ਦੇਣਗੇ, ਉਹ ਤਾਂ ਢੰਡੋਰਾ ਪਿੱਟਦੀ ਹੈ ਭਾਰਤੀ ਜਨਤਾ ਪਾਰਟੀ ਵੀ ਅਸੀਂ ਨਸ਼ਾ ਬੰਦ ਕਰ ਦਿਆਂਗੇ, ਅਸੀਂ ਉਹਨਾਂ ਦੀ ਪ੍ਰੋਪਰਟੀਆਂ ਜ਼ਬਤ ਕਰ ਦਿਆਂਗੇ, ਤਾਂ ਮੈਂ ਦੇਖਦਾ ਜਿਹੜਾ ਇਹਨਾਂ ਦਾ ਕੈਂਡੀਡੇਟ ਹੈ ਇਹਦੇ 'ਤੇ ਕੀ ਐਕਸ਼ਨ ਲੈਂਦੇ ਨੇ, ਇਹਦੀ ਪ੍ਰੋਪਰਟੀ ਦੀ ਕੀ ਜਾਂਚ ਕਰਦੇ ਨੇ, ਇਹਦੀ ਕੀ ਜਾਂਚ ਕਰਦੇ ਨੇ, ਤਾਂ ਮੈਂ ਇਹ ਜ਼ਰੂਰ ਲੋਕਾਂ ਨੂੰ ਅਪੀਲ ਕਰੂੰਗਾ ਕਿ ਇਹੋ ਜਿਹੇ ਲੋਕਾਂ ਨੂੰ ਤੁਸੀਂ ਅੱਗੇ ਨਾ ਵਧਾਓ। ਭਾਰਤੀ ਜਨਤਾ ਪਾਰਟੀ ਜਿਹੜੀ ਹੈ ਇਸ 'ਤੇ ਜ਼ਰੂਰ ਜਵਾਬਦੇਹ ਹੋਊਗੀ, ਲੋਕ ਇਸ ਦਾ ਜਵਾਬ ਮੰਗਣਗੇ। ਬਿਲਕੁਲ ਡਿਮਾਂਡ ਮੈਂ ਇਸ ਦੀ ਕਰਦਾ ਹੈ ਕਿਉਂਕਿ ਉਹਨਾਂ ਨੇ ਆਰੋਪ ਲਾਏ ਨੇ ਵੀ ਇਹ ਨਸ਼ਾ ਵੇਚਦੇ ਹੈ, ਤਾਂ ਉਸ ਦੀ ਜਿਹੜੀ ਹੈ ਪ੍ਰੋਪਰਟੀ, ਕਿਉਂਕਿ ਮੇਰੇ ਵਰਗੇ ਲੋਕ ਜਿਹੜੇ 5 ਸਾਲ ਮੈਂ ਵਿਧਾਇਕ ਵੀ ਰਹਿ ਚੁੱਕਿਆ, ਅਸੀਂ ਇਹੋ ਜਿਹਾ ਕੋਈ ਸਟੈਪ ਜਿਹੜਾ ਹੈ ਕਿ ਤੁਸੀਂ ਲੋਕਾਂ ਦੇ ਸਾਹਮਣੇ ਆ, ਮੈਂ ਖੁੱਲ੍ਹੀ ਕਿਤਾਬ ਵਾਂਗੂ ਔਰ ਜਿਹੜਾ ਕੁਛ ਵੀ ਦੇਖ ਸਕਦੇ ਹੋ, ਪਰ ਜਿਹੜੀ ਇਹਨਾਂ ਲੋਕਾਂ ਨੇ ਜਿਹੜੀ ਕਹਿੰਦੇ ਨੇ, ਇਹ ਸਰਕਾਰ ਕਹਿੰਦੀ ਹੈ ਵੀ ਜਿਹੜੀਆਂ ਅਨਾਪ ਸ਼ਨਾਪ ਪ੍ਰੋਪਰਟੀਆਂ ਬਣਾਈਆਂ, ਅਸੀਂ ਉਹਨਾਂ ਦੀ ਜਾਂਚ ਕਰਾਂਗੇ ਅਤੇ ਇਹਨਾਂ ਦੀ ਵੀ ਕਰਨੀ ਚਾਹੀਦੀ ਹੈ। ਆਪਕੋ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਕਾ ਬੜਾ ਖਾਸਮ ਖਾਸ ਮਾਨਾ ਜਾਤਾ ਹੈ, ਤੋ ਇਸਕੇ ਬਾਵਜੂਦ ਆਪ ਪਾਰਟੀ ਛੋੜਨੀ? ਖਾਸ ਹੋਣਾ ਅਲੱਗ ਵਿਸ਼ਾ ਹੈ, ਮੈਂ ਉਹਨਾਂ ਦਾ ਅੱਜ ਵੀ ਮਾਨ ਸਨਮਾਨ ਕਰਦਾ, ਵਧੀਆ ਉਹਨਾਂ ਨੇ ਸਰਕਾਰ ਚਲਾਈ ਹੈ ਔਰ ਜੋ ਕੁਛ, ਮੈਂ ਉਹਨਾਂ ਨੂੰ ਪੋਲੀਟੀਕਲ ਨਹੀਂ ਮੰਨ ਰਿਹਾ, ਮੈਂ ਉਹਨੂੰ ਰਾਜਨੀਤਿਕ ਨਹੀਂ ਮੰਨ ਰਿਹਾ, ਸੰਤ ਰੂਪ ਕਹਿ ਰਿਹਾ, ਉਹ ਆਪਣੇ ਬਚਨਾਂ 'ਤੇ ਥੋੜ੍ਹਾ ਜਿਹਾ ਗੌਰ ਕਰਨ ਵੀ ਇਸ ਬੰਦੇ ਨੂੰ ਜਿਹੜੀ ਟਿਕਟ ਦਿੱਤੀ ਗਈ ਹੈ ਪਾਰਟੀ ਵੱਲੋਂ, ਕਿਉਂਕਿ ਸੰਗਠਨ ਦੇ ਉਹ ਸੀਨੀਅਰ ਨੇਤਾ ਨੇ,
ਤਾਂ ਇਸ 'ਤੇ ਜ਼ਰੂਰ ਉਹਨਾਂ ਨੂੰ ਇਸ ਦਾ ਸੰਗਿਆਨ ਲੈਣਾ ਚਾਹੀਦਾ ਵੀ ਇਹੋ ਜਿਹੇ ਲੋਕਾਂ ਨੂੰ ਅੱਗੇ ਵਧਾਵਾਂਗੇ, ਉਹ ਸਮਾਜ ਦੀ ਗੱਲ ਕਰਦੇ ਨੇ ਹਰ ਵਾਰ, ਤਾਂ ਸਾਡਾ ਸਮਾਜ ਫਿਰ ਉਹਨਾਂ ਦੇ ਜਵਾਬ ਮੰਗੂਗਾ ਇਸ ਗੱਲ ਦਾ ਜੀ।